ਪੁਲਿਸ ਨੇ ਗ੍ਰਿਫਤਾਰ ਕੀਤੇ ਲੋਕਾਂ ਤੋਂ ਵੱਖ ਵੱਖ ਅਫਸਰਾਂ ਦੇ 50 ਖਾਲੀ ਫਰਜ਼ੀ ਲੈਟਰ ਪੈਡ। ਬੇਰੁਜ਼ਗਾਰੀ ਦੇ ਦੌਰ ਦੇ ਵਿੱਚ ਹਰ ਇੱਕ ਨੌਜਵਾਨ ਨੌਕਰੀ ਦੀ ਤਲਾਸ਼ ਕਰ ਰਿਹਾ ਹੈ। ਕਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤਾਂ ਜੋ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਬਿਤਾ ਸਕਣ। ਪਰ ਕੁਝ ਲੋਕ ਅਜਿਹੇ ਨੇ ਜੋ ਨੌਕਰੀਆਂ ਦੇ ਨਾਮ 'ਤੇ ਨੌਜਵਾਨਾਂ ਦੇ ਨਾਲ ਠੱਗੀ ਮਾਰ ਰਹੇ ਨੇ। ਜੀ ਹਾਂ, ਫਰੀਦਕੋਟ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਭੋਲੇ ਭਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਕੇ ਨੌਕਰੀ ਦੇ ਨਾਮ 'ਤੇ ਠੱਗੀ ਮਾਰ ਰਹੇ ਸੀ। ਗ੍ਰਿਫਤਾਰ ਕੀਤੇ ਲੋਕਾਂ ਤੋਂ ਵੱਖ ਵੱਖ ਅਫਸਰਾਂ ਦੇ 50 ਖਾਲੀ ਫਰਜ਼ੀ ਲੈਟਰ ਪੈਡ। DC, SSP ਅਤੇ ਜੁਡੀਸ਼ੀਅਲ ਵਿਭਾਗ ਦੇ ਅਧਿਕਾਰੀਆਂ ਦੀਆਂ ਫਰਜ਼ੀ 23 ਮੋਹਰਾਂ, ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਸਲ ਸਰਟੀਫਿਕੇਟ ਅਤੇ 100 ਅਸਟਾਮ ਬਰਾਮਦ ਕੀਤੇ ਨੇ। ਇਹ ਸਾਡੇ ਕੋਲ ਇੱਕ ਦਰਖਾਸਤ ਜਿਹੜੀ ਹੈਗੀ ਦਫ਼ਤਰ ਮਿਲੀ ਸੀਗੀ ਕੁਲਦੀਪ ਕੌਰ ਨਾਮ ਦੇ ਦਰਖਾਸਤੀ ਵੱਲੋਂ, ਜਿਹੜੀ ਕਿ ਸਦਰ ਕੋਟਕਪੂਰਾ ਦੇ ਵਿੱਚ ਠੱਠੀ ਭਾਈ ਪਿੰਡ ਦੇ ਹੀ ਰਹਿਣ ਵਾਲੀ ਹੈ। ਅਤੇ ਉਹਨੇ ਸਾਨੂੰ ਜਾਣਕਾਰੀ ਦਿੱਤੀ ਕਿ ਇੱਕ ਜਗਪਾਲ ਸਿੰਘ ਨਾਮ ਦਾ ਵਿਅਕਤੀ ਜਿਹੜਾ ਕਿ 5 ਗ੍ਰਾਈ ਕਲਾਂ ਦਾ ਰਹਿਣ ਵਾਲਾ ਹੈ, ਥਾਣਾ ਸਦਰ ਕੋਟਕਪੂਰੇ ਦੇ ਵਿੱਚ, ਅਤੇ ਉਹ ਲੋਕਾਂ ਨੂੰ ਜਾਲੀ ਜਿਹੜੇ ਹੈਗੇ ਭਰਤੀ ਦਸਤਾਵੇਜ਼ ਜਿਹੜੇ ਪ੍ਰੋਵਾਈਡ ਕਰਾ ਰਿਹਾ, ਉਹਨਾਂ ਤੋਂ ਪੈਸੇ ਲੈ ਰਿਹਾ ਭਰਤੀ ਕਰਵਾਉਣ ਦੇ, ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ, ਜੁਡੀਸ਼ੀਅਲ ਡਿਪਾਰਟਮੈਂਟ ਦੇ ਵਿੱਚ ਭਰਤੀ। ਅਤੇ ਇਸ ਵਿਅਕਤੀ ਦੀ ਜਿਹੜੀ ਦਰਖਾਸਤ ਨੂੰ ਜਦੋਂ ਪੜਤਾਲ ਕਰਨ ਉਪਰੰਤ ਸਾਡੇ ਵੱਲੋਂ ਮੁਕੱਦਮਾ ਨੰਬਰ 184 5 ਦਸੰਬਰ ਨੂੰ ਦਰਜ ਕੀਤਾ ਗਿਆ, ਅਤੇ ਉਸ ਮੁਕੱਦਮੇ ਦੇ ਵਿੱਚ ਜਗਪਾਲ ਸਿੰਘ ਅਤੇ ਉਸਦੀ ਪਤਨੀ ਕੁਲਵੀਰ ਕੌਰ ਏਲੀਅਸ ਮਧੂ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਇਹਨਾਂ ਤੋਂ ਕਾਫੀ ਮਟੀਰੀਅਲ ਜਿਹੜਾ ਇਹੋ ਜਿਹਾ ਮਿਲਿਆ ਜਿਹੜਾ ਕਿ ਸਾਰਾ ਇਹਨਾਂ ਨੇ ਫੌਰਜ ਜਾਂ ਨਕਲੀ ਦਸਤਾਵੇਜ਼ ਅਤੇ ਸਟੈਂਪਸ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਘਰ ਫੋਟੋਗ੍ਰਾਫਸ ਵਗੈਰਾ ਜਿਹੜੀਆਂ ਪੁਲਿਸ ਅਫਸਰਾਂ ਦੀਆਂ ਇੰਟਰਨੈਟ ਤੋਂ ਲਾ ਕੇ ਅਤੇ ਉਹ ਫਰੇਮ ਕਰਵਾ ਕੇ ਘਰ ਦੇ ਵਿੱਚ ਰੱਖੀਆਂ ਹੋਈਆਂ ਮਿਲੀਆਂ। ਇਹਨਾਂ ਸਾਰੀਆਂ ਚੀਜ਼ਾਂ ਨਾਲ ਅਤੇ ਦਸਤਾਵੇਜ਼ਾਂ ਨਾਲ ਮੋਹਰਾਂ ਨਾਲ ਇਹ ਵਿਅਕਤੀ ਜਿਹੜਾ ਹੈਗਾ, ਜਿਹੜੇ ਭੋਲੇ ਭਾਲੇ ਅਨਪੜ੍ਹ ਲੋਕ ਔਰ ਗਰੀਬ ਜਨਤਾ ਹੈ, ਉਹਨਾਂ ਨੂੰ ਮੂਰਖ ਬਣਾ ਕੇ, ਬੇਵਕੂਫ ਬਣਾ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਵਾਉਂਦਾ ਸੀ ਕਿ ਇਹਦੀ ਪਹੁੰਚ ਜਿਹੜੀ ਹੈ ਬਹੁਤ ਵੱਡੇ ਵੱਡੇ ਅਫਸਰਾਂ ਤੱਕ ਹੈ ਅਤੇ ਇਹ ਕਿਸੇ ਨੂੰ ਵੀ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾ ਸਕਦਾ ਹੈਗਾ। ਇਸ ਤੋਂ ਇਲਾਵਾ ਇਸ ਵਿਅਕਤੀ ਦੇ ਨਾਲ ਜਿਹੜੇ ਹੋਰ 2 ਦੋਸ਼ੀ ਨੇ ਅਮਿਤ ਬਾਂਸਲ ਅਤੇ ਨੱਥਾ ਟੇਲਰ, ਇਹਨਾਂ ਨੂੰ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਅਮਿਤ ਬਾਂਸਲ ਇਹਨੂੰ ਜਿਹੜੇ ਹੈਗੇ ਜਾਲੀ ਦਸਤਾਵੇਜ਼ ਤਿਆਰ ਕਰਕੇ ਦਿੰਦਾ ਸੀ, ਜਿਵੇਂ ID ਕਾਰਡ ਹੋ ਗਏ, ਜਿਹੜੇ ਆਪਣੇ ਲੈਟਰ ਪੈਡਸ ਹੋ ਗਏ, ਅਤੇ ਕੁਛ ਜਿਵੇਂ ਰਿਕਰੂਟਮੈਂਟ ਰਿਲੇਟਡ ਭਰਤੀ ਦੇ ਸਰਟੀਫਿਕੇਟ ਹੋ ਗਏ, ਇਹ ਸਾਰੀਆਂ ਚੀਜ਼ਾਂ ਇਹ ਕੰਪਿਊਟਰ ਰਾਹੀਂ ਅਮਿਤ ਬਾਂਸਲ ਜਿਹੜਾ ਹੈ ਉਹ ਇਹਨੂੰ ਇਸ ਵਿਅਕਤੀ ਨੂੰ ਪ੍ਰੋਵਾਈਡ ਕਰ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ। ਇਸ ਤੋਂ ਇਲਾਵਾ ਜਿਹੜਾ ਨੱਥਾ ਟੇਲਰ ਹੈ ਇਹਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਹ ਵਿਅਕਤੀ ਨੇ ਇਹਨੂੰ ਜਿਹੜੀ ਹੈਗੀ ਜਾਲੀ ਜਿਹੜੀ ਹੈਗੀ ਵਰਦੀ, ਪੁਲਿਸ ਦੀ ਵਰਦੀ ਸਿਲਵਾ ਕੇ ਇਹਨੂੰ ਪ੍ਰੋਵਾਈਡ ਕਰਾਈ ਤਾਂ ਕਿ ਉਹ ਵਰਦੀ ਪਾ ਕੇ ਇਹ ਲੋਕਾਂ ਦੇ ਉੱਤੇ ਇਹ ਰੋਹਬ ਝਾੜਦਾ ਸੀ ਕਿ ਇਹ ਆਪ ਵੀ ਸਬ ਇੰਸਪੈਕਟਰ ਭਰਤੀ ਹੋਇਆ ਪੁਲਿਸ 'ਚ,
ਅਤੇ ਇਹਦੀ ਪਹੁੰਚ ਜਿਹੜੀ ਹੈ ਉੱਚੇ ਅਫਸਰਾਂ ਤੱਕ ਹੈ, ਅਤੇ ਇਹ ਦੂਸਰਿਆਂ ਨੂੰ ਵੀ ਪੁਲਿਸ 'ਚ ਭਰਤੀ ਕਰਾ ਸਕਦਾ। ਇਹ ਜੋ ਸਾਡੇ ਧਿਆਨ 'ਚ ਆਇਆ ਪਿਛਲੇ ਲਗਭਗ ਇੱਕ ਸਾਲ ਦੇ ਕਰੀਬ ਤੋਂ ਇਹ ਕੰਮ ਕਰ ਰਿਹਾ, ਜਿਹੜੀ ਇਸ ਦਰਖਾਸਤ ਦੀ ਪੜਤਾਲ 'ਚ ਪਾਇਆ ਗਿਆ ਔਰ ਤਫਤੀਸ਼ ਦੌਰਾਨ ਪਾਇਆ ਗਿਆ, ਇਸਨੇ ਜਿਹੜਾ ਹੈਗਾ ਇਹ ਸਾਰੇ ਦਸਤਾਵੇਜ਼ ਵਰਦੀ ਸਟੈਂਪਾਂ ਮੋਹਰਾਂ ਇਹ ਸਾਰੀਆਂ ਪਿਛਲੇ ਇੱਕ ਸਾਲ ਦੇ ਦੌਰਾਨ ਇਸ ਵਿਅਕਤੀ ਨੇ ਤਿਆਰ